हाँ जी, किवें हो सारे? होप सो तुसी सारे ठीक होवोंगे। आपां पिछलियां वीडियो दे विच गल कीती है पंजाबी गैंगां बारे, ते उहनां दे विचों ही एक गैंग सी दूड़े गैंग। दूड़े गैंग दी शुरुआत करन वाले तीन भरा सन, संदीप दूड़े, बलराज दूड़े ते पॉल दूड़े। ये तिने भरा वैनकूवर दे विच पले ते वड्डे होए, पर किसे टाइम यह प्रशियन प्राइड गैंग दे भी मैंबर रहे सन। पर जे आपां गल करिए इन्हां दा पंजाब दे बैकग्राउंड दी, तां पंजाब तों इन्हां दा पिंड दूड़े सी, जिहड़ा कि जिला जलंधर ते ब्लॉक आदमपुर दे विच पैंदा है। पर इह उत्थे जम्मे ते उत्थे वड्डे होए। शुरू अपनी शुरुआत करन तों बाद इह हौली हौली होर गैंगां दे टच 'च वी आउण लगे, ते जदों 1990 तों बाद बिंदी जौल दा दौर आया तां इह बिंदी जौल दे अंडर तिन्ने भरा कम्म करन लगे। जदों 1996-97 दे विच बिंदी जौल उत्ते कनेडा दा सब तों वड्डा केस चलिया ते सब तों महंगा केस चलिया, तां इह वी बिंदी जौल दे नाल गिरफ्तार होए सन। पर बलराज जो कि इन्हां दा वड्डा भाई सी, ओह उस टाइम उत्थों भज गया सी ते बाद विच फड़े जाण करके उसनूं 60 दिनां दी जेल होई सी। पर 1998 दे विच बिंदी जौल दी मौत तों बाद इन्हां दे उत्ते बहुत सारा प्रभाव पिया ते इन्हां ने वक्खरे हो के अपना गैंग चला लिया, जिस दा मेन काम ड्रग ट्रैफिकिंग करना सी ते इह होर लोकां नूं किल वी करदे सी। पर गैंग दे आउण दे विच तों बाद इन्हां दी जिंदगी बहुत खतरनाक मोड़ लैंदी रही। आपां जिवें भी गल करिए, भावें इन्हां ने पैसा बनाया, पर इन्हां ने बहुत ही खतरनाक जिंदगी जिउईआं। 2003 दे विच सरी दे एक रोड दे उत्ते बराज दे उत्ते हमला हो जांदा तां उस दे फेस उत्ते गोलियां चलाईआं जांदियां, पर उह बच जांदा। उस नूं कोई भी ज़्यादा मेजर इंजरियां नहीं आउंदियां, पर उसदा अटैक करन वाला कदे भी फड़िया नहीं जांदा। उस तों 2 साल बाद 2005 दे विच संदीप ते उसदा एक कैनेडा दा दोस्त स्कॉट राउंड दे सरी दे एक स्टोर दे विच जांदे आ, ते जदों उत्थों बाहर निकल रहे हुंदे आ तां उहनां दे उत्ते SUV दे विचों गोलियां चलाईआं जांदियां, जिस दे विच संदीप दा उह दोस्त थां ते ही मर जांदा, पर संदीप उस दे विचों वी बच जांदा। जे अगे गल करिए आपां 7 जुलाई 2005 नूं फिर बलराज दे उत्ते अटैक हुंदा, ਜਿਹੜਾ ਕਿ ਵੈਨਕੂਵਰ ਦੀ ਸਪੋਟਲਾਈਟ ਦੇ ਉੱਤੇ ਹੋਇਆ ਸੀ, ਤਾਂ ਉਸਦੇ ਕਾਫੀ ਸੱਟਾਂ ਲੱਗਦੀਆਂ, ਪਰ ਇੱਥੇ ਵੀ ਉਹ ਬਚ ਜਾਂਦਾ। ਕਹਿੰਦੇ ਆ ਕਿ ਜੋ ਦੂਸਰਾ ਅਟੈਕ ਹੋਇਆ ਸੀ ਬਲਰਾਜ ਦੇ ਉੱਤੇ, ਇਹ ਅਸਲ ਵਿੱਚ ਬਲਰਾਜ ਦੇ ਉੱਤੇ ਨਹੀਂ, ਉਸ ਦਿਨ ਬਲਰਾਜ ਸੰਦੀਪ ਦੀ ਗੱਡੀ ਚਲਾ ਰਿਹਾ ਸੀ, ਤਾਂ ਇਹ ਅਸਲ ਦੇ ਵਿੱਚ ਅਟੈਕ ਸੰਦੀਪ ਦੇ ਉੱਤੇ ਹੋਇਆ ਸੀ, ਜੋ ਕਿ ਦੂੜੇ ਗੈਂਗ ਦਾ ਗਰੁੱਪ ਲੀਡਰ ਵੀ ਮੰਨਿਆ ਜਾਂਦਾ ਹੈ। ਪਰ ਉਹ ਉਸ ਦੇ ਵਿੱਚੋਂ ਵੀ ਬਚ ਗਏ, ਅਤੇ ਇਸ ਤੋਂ ਬਾਅਦ 2009 ਦੇ ਵਿੱਚ ਸੰਦੀਪ ਉੱਤੇ ਉਸਦੇ ਘਰ ਦੇ ਬਾਹਰ, ਜੋ ਕਿ ਉਸਦਾ ਘਰ ਸਰੀ ਦੇ ਵਿੱਚ ਸੀ, ਉੱਥੇ ਵੀ ਅਟੈਕ ਹੁੰਦਾ, ਪਰ ਉਹ ਉੱਥੋਂ ਵੀ ਬਚ ਕੇ ਨਿਕਲ ਜਾਂਦਾ। 2 ਸਾਲਾਂ ਦੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਲਰਾਜ ਦੇ ਉੱਤੇ 2 ਹਮਲੇ ਹੋ ਚੁੱਕੇ ਸਨ। ਇਹ ਟਾਈਮ ਸੀ ਜਦੋਂ ਉਹ ਬਦਲਣਾ ਚਾਹੁੰਦਾ ਸੀ, ਪਰ ਕਹਿੰਦੇ ਨੇ ਕਿ ਜੋ ਇੱਕ ਵਾਰੀ ਇਸ ਲੈਂਡ ਦੇ ਵਿੱਚ ਆ ਗਿਆ, ਉਸ ਵਾਸਤੇ ਬਦਲਣਾ ਬਹੁਤ ਹੀ ਹਾਰਡ ਹੈ। ਤਾਂ ਬਲਰਾਜ ਸਭ ਕੁਝ ਛੱਡ ਕੇ ਵੈਨਕੂਵਰ ਤੋਂ ਮੂਵ ਹੋ ਗਿਆ ਸੀ। ਉਹ ਇੱਕ ਕੰਟਰੀ ਸਾਈਡ ਏਰੀਏ ਦੇ ਵਿੱਚ ਰਹਿਣ ਲੱਗਿਆ ਸੀ। ਇੱਕ ਇੰਟਰਵਿਊ ਦੇ ਵਿੱਚ ਉਸਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਸੀ, ਜੋ ਕਿ ਖੁਦ ਇੱਕ ਕੋਰਟ ਇੰਸਪੈਕਟਰ ਸਨ, ਉਹਨਾਂ ਨੇ ਦੱਸਿਆ ਸੀ ਕਿ ਮੇਰੇ ਪੁੱਤ ਇਹ ਲੈਣ ਛੱਡਣਾ ਚਾਹੁੰਦੇ ਸਨ। ਇੱਥੇ ਹੀ ਆਪਾਂ ਗੱਲ ਕਰੀਏ ਸੰਦੀਪ ਦੀ, ਤਾਂ ਸੰਦੀਪ ਨੇ ਵੀ ਉਸ ਟਾਈਮ ਦੇ ਵਿੱਚ ਪੁਲਿਸ ਪ੍ਰੋਡਕਸ਼ਨ ਲੈ ਲਈ ਸੀ। ਪਰ ਕਹਿੰਦੇ ਨੇ ਕਿ ਜੋ ਵੀ ਇੱਕ ਵਾਰੀ ਇਸ ਲੈਣ ਦੇ ਵਿੱਚ ਆ ਗਿਆ, ਉਸ ਲਈ ਨਿਕਲਣਾ ਬਹੁਤ ਹੀ ਔਖਾ ਹੁੰਦਾ ਹੈ। ਸੋ ਬਲਰਾਜ 2006 ਦੇ ਵਿੱਚ ਫਿਰ ਵੈਨਕੂਵਰ ਦੇ ਵਿੱਚ ਵਾਪਸੀ ਕਰਦਾ, ਤੋ ਆਪਣੇ ਕਜ਼ਨ ਰਵੀ ਸੋਤਾ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ। 25 ਅਕਤੂਬਰ ਦੀ ਇੱਕ ਰਾਤ ਉਹ ਇੱਕ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਜਾਂਦੇ ਆ, ਤਾਂ ਉੱਥੇ ਬੈਠੇ ਜਦੋਂ ਖਾਣਾ ਖਾ ਰਹੇ ਸਨ, ਤਾਂ ਉਹਨਾਂ ਦੇ ਉੱਤੇ ਇੱਕ ਈਸਟ ਏਸ਼ੀਅਨ ਹਮਲਾ ਕਰਦਾ ਹੈ। ਤਾਂ ਉਹ ਜਦੋਂ ਹਮਲੇ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗਦੀਆਂ ਨੇ, ਪਰ ਉਹ ਇੱਥੇ ਵੀ ਬਚ ਜਾਂਦੇ ਨੇ। ਅਤੇ ਕਹਿੰਦੇ ਹਨ ਜੋ ਮੌਕੇ ਦੇ ਗਵਾਹਾਂ ਨੇ ਉਹਨਾਂ ਨੂੰ ਦੇਖਿਆ ਸੀ ਹਮਲਾ ਕਰਨ ਵਾਲਿਆਂ ਨੂੰ, ਤਾਂ ਉਹਨਾਂ ਦੇ ਵਿੱਚੋਂ ਇੱਕ ਈਸਟ ਏਸ਼ੀਅਨ ਲੱਗਦਾ ਸੀ ਅਤੇ ਇੱਕ ਟੋਟਲੀ ਬਲੈਕ ਸਕਿਨ ਕਲਰ ਦਾ ਸੀ, ਪਰ ਉਹਨਾਂ ਨੂੰ ਕਦੇ ਵੀ ਫੜਿਆ ਨਹੀਂ ਗਿਆ। ਆਖਿਰਕਾਰ ਇੰਨੇ ਹਮਲਿਆਂ ਦੇ ਵਿੱਚ ਬਚਣ ਤੋਂ ਬਾਅਦ ਸੰਦੀਪ ਦੀ 2012 ਜਨਵਰੀ ਦੇ ਵਿੱਚ ਮੌਤ ਹੋ ਜਾਂਦੀ ਹੈ, ਜੋ ਕਿ ਡਾਊਨਟਾਊਨ ਵੈਨਕੂਵਰ ਦੇ ਵਿੱਚ ਹੋਈ ਸੀ। ਕਹਿੰਦੇ ਹਨ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਜੌਨਥਨ ਬੈਕਨ ਦੀ ਮੌਤ।
ਬੈਕਨ ਬ੍ਰਦਰ ਦੇ ਵਿੱਚੋਂ ਇੱਕ ਭਰਾ ਜੌਥਨ ਬੈਕਨ ਉਸਦੀ ਮੌਤ ਦੇ ਪਿੱਛੇ ਕਹਿੰਦੇ ਕਿ ਕਿਤੇ ਨਾ ਕਿਤੇ ਸੰਦੀਪ ਦੂੜੇ ਦਾ ਵੀ ਹੱਥ ਸੀ। ਪਰ ਜੇ ਆਪਾਂ ਇੱਥੇ ਗੱਲ ਕਰੀਏ, ਸੰਦੀਪ ਦੂੜੇ ਕਦੇ ਬੈਕਨ ਭਰਾਵਾਂ ਦਾ ਬਹੁਤ ਹੀ ਨੇੜਲਾ ਸਹਿਯੋਗੀ ਰਿਹਾ ਹੈ। ਉਹ ਕਦੇ ਉਹਨਾਂ ਦਾ ਮੁੱਖ ਸਲਾਹਕਾਰ ਹੁੰਦਾ ਸੀ, ਪਰ 2011 ਦੇ ਵਿੱਚ ਜੌਥਨ ਬੈਕਨ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਸਭ ਤੋਂ ਪਹਿਲਾ ਸ਼ੱਕ ਸੰਦੀਪ ਦੂੜੇ ਅਤੇ ਇਹਨਾਂ ਹੋਰ ਦੋ ਭਰਾਵਾਂ 'ਤੇ ਸੀ। ਪੌਲ ਵੀ ਇਹਦੇ ਦੇ ਵਿੱਚ ਬਹੁਤ ਵੱਡਾ ਹਿੱਸਾ ਰਿਹਾ। ਗੱਲ ਕਰ ਪੌਲ ਦੀ, ਨਾ ਤਾਂ ਕਦੇ ਕੋਈ ਫੋਟੋ ਸਾਹਮਣੇ ਆਈ ਆ ਅਤੇ ਨਾ ਹੀ ਉਸਦਾ ਕੋਈ ਇੱਦਾਂ ਦਾ ਮੌਤ ਦਾ ਜਾਂ ਉਹਦਾ ਕਿਤੇ ਹਮਲੇ ਦੇ ਵਿੱਚ ਹਿੱਸਾ ਸਾਹਮਣੇ ਆਇਆ ਹੈ। ਜੇ ਆਪਾਂ ਇਹਨਾਂ ਦੇ ਲੜਾਈ ਦੀ ਮੇਨ ਗੱਲ ਕਰੀਏ ਤਾਂ ਇਹਨਾਂ ਦੇ ਮੇਨ ਐਨਮੀ ਰੈੱਡ ਸਕਾਰਪੀਅਨ, ਡੈਥ ਐਂਜਲ ਅਤੇ ਕੁਝ ਇੰਡੀਪੈਂਡ ਸੋਲਜਰ ਵੀ ਸੀ। 2010 ਦੇ ਵਿੱਚ ਜਦੋਂ ਦੂੜੇ ਅਤੇ ਤੱਕ ਬ੍ਰਦਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਆ ਅਤੇ ਉਹ ਡਰੱਗ ਸਮਗਲਿੰਗ ਕਰਨ ਲੱਗਦੇ ਆ ਤਾਂ ਇਹਨਾਂ ਦਾ ਸਟਾਰਟਿੰਗ ਏਰੀਆ ਸਿਰਫ ਵੈਨਕੂਵਰ ਸੀ, ਪਰ ਬਾਅਦ ਦੇ ਵਿੱਚ 2011 ਤੱਕ ਇਹ ਨੌਰਥਨ ਬ੍ਰਿਟਿਸ਼ ਕੋਲੰਬੀਆ ਤੱਕ ਫੈਲ ਜਾਂਦੇ ਨੇ। ਆਉਣ ਵਾਲੀਆਂ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੱਕ ਦੂੜੇ ਗੈਂਗ ਦੀ, ਕਿਉਂਕਿ ਮੈਂ ਇਸ ਵੀਡੀਓ ਦੇ ਵਿੱਚ ਜ਼ਿਆਦਾ ਗੱਲ ਉਹਨਾਂ ਦੇ ਕਾਰੋਬਾਰ ਦੀ ਨਹੀਂ ਕੀਤੀ, ਕਿਉਂਕਿ ਇਸ ਨਾਲ ਸਾਰੀ ਵੀਡੀਓ ਕਾਰੋਬਾਰ ਦੇ ਵਿੱਚ ਹੀ ਕਵਰ ਹੋ ਜਾਣੀ ਸੀ। ਆਉਣ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੱਕ ਬ੍ਰਦਰ ਅਤੇ ਉਹਨਾਂ ਦੇ ਰਿਲੇਸ਼ਨ ਕਿਵੇਂ ਰਹੇ ਸੀ ਦੂੜੇ ਗੈਂਗ ਦੇ ਨਾਲ, ਅਤੇ ਆਪਾਂ ਗੱਲ ਕਰਾਂਗੇ ਕਿਵੇਂ ਇਹ ਦੋਨੇ ਗੈਂਗ ਇਕੱਠੇ ਰਲ ਕੇ ਨਸ਼ੇ ਦੇ ਕਾਰੋਬਾਰ ਨੂੰ ਹੋਰ ਬਹੁਤ ਵੱਡੇ ਲੈਵਲ 'ਤੇ ਲੈ ਗਏ ਸਨ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ। ਵੀਡੀਓ ਚੰਗੀ ਲੱਗਦੀ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ।